ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਹੁਤ ਠੀਕ ਹੋਵੋਗੇ ਤੇ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਸਾਰੇ ਕੈਂਡੀਡੇਟ ਨੇ ਵੀਡੀਓ ਧਿਆਨ ਨਾਲ ਦੇਖਣੀ ਹੈ ਤੇ ਕਿਸੇ ਵੀ ਕੈਂਡੀਡੇਟ ਨੇ ਵੀਡੀਓ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਠੀਕ ਹੈ ਜੀ ਇਹ ਚ ਤੁਹਾਡੀਆਂ ਇੰਪੋਰਟੈਂਟ ਚੀਜ਼ਾਂ ਬਹੁਤ ਥਾਰਾ ਦੱਸਿਆ ਜਾਈਆਂ ਗਈਆਂ ਪੀ ਟ੍ਰਿਪਲ ਐਸ ਵੀ ਵੱਲੋਂ ਬੱਚੇ ਇੱਕ ਨਵਾਂ ਨੋਟਿਸ ਜਾਰੀ ਕੀਤਾ ਗਿਆ ਹੈਗਾ ਕੀ ਕੁਝ ਦੱਸਿਆ ਗਿਆ ਇਸ ਨੋਟਿਸ ਦੇ ਵਿੱਚ ਸਾਰੇ ਕੈਂਡੀਡੇਟ ਆਪਣੀ ਤਿਆਰੀ ਕਰਦੇ ਰਹੋ ਆਪਣੀ ਤਿਆਰੀ ਨਾ ਛੱਡੋ ਕਿਉਂਗੇ ਬਾਅਦ ਵਿੱਚ ਮੌਕੇ ਤੇ ਜਦੋਂ ਪੇਪਰ ਆ ਜਾਂਦਾ ਫਿਰ ਆਪਾਂ ਨੂੰ ਹੁੰਦਾ ਹੈ ਕਿ ਹੁਣ ਪੜ੍ਹੀਏ ਔਰ ਉਦੋਂ ਟਾਈਮ ਬਹੁਤ ਲੰਘ ਚੁੱਕਿਆ ਹੁੰਦਾਗਾ ਠੀਕ ਹੈ ਤਾਂ ਕਰਕੇ ਕੋਈ ਵੀ ਤੁਸੀਂ ਸਟੱਡੀ ਕਰਨੀ ਹੁੰਦੀ ਹੈ ਬੱਚਿਓ ਉਹ ਪਹਿਲਾਂ ਤੋਂ ਸ਼ੁਰੂ ਰੱਖਿਆ ਕਰੋ ਤੇ ਕਦੇ ਵੀ ਪੜਾਈ ਨਾ ਛੱਡੋ ਚਾਹੇ ਪੇਪਰ ਲੇਟ ਆ ਚਾਹੇ ਨਹੀਂ ਲੇਟ ਉਹ ਇੱਕ ਐਗਜ਼ਾਮਪਲ ਤੁਹਾਨੂੰ ਇੱਕ ਤੁਰਦੀ ਫਿਰਦੀ ਐਗਜ਼ਾਮਪਲ ਦਿੰਦਾ ਮੈਂ ਇੱਕ ਅੰਗੜਵਾੜੀ ਸੁਪਰ ਵੈਜ ਦੀ ਉਹ ਜੀ ਬੱਚਿਆਂ ਨਾਲ ਨਹੀਂ ਹੋਇਆ ਤੇ ਹੁਣ ਬੱਚਿਆਂ ਦੇ ਸਾਰੇ ਪਹਾੜੀ ਬਣੀ ਹੋਈ ਹੈ ਸਾਰੇ ਕੈਂਡੀਡੇਟ ਵੀਡੀਓ ਚੰਗੀ ਤਰ੍ਹਾਂ ਦੇਖ ਲੈਣ ਕੀ ਨੋਟਸ ਆ ਸਾਰਾ ਕੁਝ ਤੁਹਾਨੂੰ ਦਿਖਾਉਣੇ ਬੱਚੇ ਉਸ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਆਪਣਾ ਬੈਚ ਪਰਚੇਸ ਕਰਨਾ ਆਪਣੀ ਐਪ ਆ ਬੱਚੋ ਦੀਪਪੁੱਲਰ ਐਜੂਕੇਸ਼ਨ ਅਰਾ ਐਪ ਆ ਆਪਣੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਜਿੱਥੇ ਲੌਗ ਇਨ ਕਰੋਗੇ ਆਪਦੇ ਨੰਬਰ ਤੋਂ ਤਾਂ ਉੱਥੇ ਪੇਰੈਂਟ ਦੀ ਆਪਸ਼ਨ ਆਉਂਦੀ ਹੁੰਦੀ ਹੈ ਉੱਥੇ ਕਲਿੱਕ ਨਹੀਂ ਕਰਨਾ ਕਿਸੇ ਵੀ ਬੱਚੇ ਨੇ ਸਿੱਧਾ ਥੱਲੇ ਗੈਸਟ ਤੇ ਓਕੇ ਕਰ ਦੇਣਾਗਾ ਐਪ ਖੁੱਲ੍ਹ ਜੂਗੀ ਸਟੋਰ ਦੀ ਆਪਸ਼ਨ ਆਜੂਗੀ ਉੱਥੇ ਤੁਹਾਡੇ ਕੋਲੇ ਪੀ ਟ੍ਰੇਪਲਸ ਵੀ ਦੇ ਵੀਡੀਓ ਦੇ ਫੋਰੈਸਟ ਗਾਰਡ ਪੰਜਾਬ ਪੁਲਿਸ ਸਾਰੇ ਬੈਚ ਸ਼ੋ ਹੋ ਰਹੇ ਆ ਤੇ ਅੰਗਣਵਾੜੀ ਸੁਪਰਵਾਈਜ਼ਰ ਠੀਕ ਹੈ ਜੇ ਕੋਈ ਕੈਂਡੀਡੇਟ ਪਰਚੇਸ ਕਰਨਾ ਚ ਠੀਕ ਹੈ ਜੀ ਤੇ ਆਈਫੋਨ ਵਾਲੇ ਨੇ ਕਲਾਸ ਪਲੱਸ ਐਪ ਡਾਊਨਲੋਡ ਕਰ ਲੈਣੀ ਹੈ ਤੇ ਉੱਥੇ ਓਆਰਜੀ ਕੋਡ ਮੰਗਿਆ ਜਾਊਗਾ ਉਹ ਫਿਲ ਕਰਨਾ ਡਬਲ ਐਕਸ ਰਹਿਮ ਤੇ ਆ ਨੰਬਰ ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਹੁਣ ਚੱਲਦੇ ਆਪਾਂ ਨੋਟੀਫਿਕੇਸ਼ਨ ਵੱਲ ਆਹ ਦੇਖੋ ਬੱਚਿਓ ਤੁਹਾਨੂੰ ਪਤਾ ਹੋਣਾਗਾ ਕਿ ਆਪਣੀ ਪੀ ਟ੍ਰਿਪਲ ਐਸ ਪੀ ਕਲਰਕ ਦੀਆਂ ਵਕੈਂਸੀਆਂ ਆਈਆਂ ਸੀ ਜਿਹਦੇ ਵਿੱਚ ਕਲਰਕ ਦੀਆਂ 15 2022 ਠੀਕ ਹੈ ਜੀ ਉਹਦਾ ਜਿਹੜਾ ਇਸ਼ਤਿਹਾਰ ਨੰਬਰ ਸੀ ਵਕੈਂਸੀ ਦਾ ਇਹਚ ਕਲਰਕ ਆਈਟੀਏ ਤੇ ਕਲਰਕ ਲੇਖਕ ਦੀਆਂ ਵੈਕੈਂਸੀਆਂ ਸੀ ਇਹਚ ਅਪਲਾਈ ਕਰਨ ਦੀ ਡੇਟ ਹੈ ਜਿਹੜੀ ਬੱਚੋ ਜੇ ਵਾਅਦਾ ਕਰਤਾ ਹੋਣੇ ਰਾਜੀ ਤੁਸੀਂ ਅਪਲਾਈ ਕਰ ਸਕਦੇ ਹੋ 11/8/2022 ਤੱਕ ਅਪਲਾਈ ਕਰ ਸਕਦੇ ਹੋ ਫੀਸ ਵਾਸਤੇ ਤੁਹਾਨੂੰ 4 ਦਿਨ ਐਕਸਟਰਾ ਦਿੱਤੇ ਜਾ ਰਹੇ ਹੈ ਠੀਕ ਹੈ ਜੀ ਬਾਕੀ ਇਤਿਹਾ ਜਿਹੜਾ ਇਸ਼ਤਿਹਾਰ ਆ ਉਹਦੀਆਂ ਸ਼ਰਤਾਂ ਸੇਮ ਟੂ ਸੇਮ ਰਹਿਣਗੀਆਂ ਜਿਹੜੇ ਕੈਂਡੀਡੇਟ ਪਹਿਲਾਂ ਫਾਰਮ ਭਰਨ ਬੰਦ ਹੋ ਗਏ ਸੀ ਉਹ ਕੈਂਡੀਡੇਟ ਦੁਬਾਰਾ ਫਾਰਮ ਭਰ ਸਕਦੇ ਆ ਠੀਕ ਹੈ ਜੀ ਤੇ ਪੀਐਸਵੀ ਜਿਹੜੇ ਕੈਂਡੀਡੇਟਾਂ ਦੀ ਪਹਿਲਾਂ ਰਹਿ ਗਈ ਸੀ ਕਨਫਰਮ ਨਹੀਂ ਹੋਈ ਸੀ ਤਾਂ ਉਹਨਾਂ ਦੀ ਫੀਸ ਕਨਫਰਮ ਹੋ ਗਈ ਹੋਣੀ ਹੈ ਤੇ ਜਿਨ੍ਹਾਂ ਦਾ ਫਾਰਮ ਆਲਰੇਡੀ ਭਰਿਆ ਹੋਇਆਗਾ ਉਹ ਆਪੀ ਫੀਸ ਭਰ ਦਣ ਠੀਕ ਹੈ ਜੀ ਤਾਂ ਸਾਰੀਆਂ ਸ਼ਰਤਾਂ ਇਹ ਦੁਬਾਰੇ ਇੱਕ ਵਾਰੀ ਉਹਨਾਂ ਨੇ ਬੈਕਸਾਈਡ ਦਾ ਲਿੰਕ ਖੋਲਤਾ ਠੀਕ ਹੈ ਜੀ ਤੇ ਜਿੰਨੇ ਵੀ ਕੈਂਡੀਡੇਟ ਹੈਗੇ ਪੀਟ ਪੀਐਸਵੀ ਦੇ ਚਾਹਵਨ ਉਹ ਸਾਰੇ ਆਪ ਦਾ ਇਹ ਨੋਟਸ ਚੰਗੀ ਤਰ੍ਹਾਂ ਦੇਖ ਲੈਣਾ ਬਾਕੀ ਆਪਾਂ ਟੈਲੀਗ੍ਰਾਮ ਗਰੁੱਪ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਗਰੁੱਪ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਉਹ ਬਾ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਧੰਨਵਾਦ ਮੇ ਦੋਸਤੋ ਜਿਉਂ